ਇਹ ਇਦਾਂ ਜੀ ਵੀ ਜਿੱਦਾਂ ਕਹਿੰਦੇ ਆ ਵੀ ਸਾਦੇ ਵਿਆਹ ਤੇ ਸਾਦੇ ਭੋਗ ਨਾ ਚਿੰਤਾ ਦੇ ਨਾ ਕੋਈ ਰੋਗ ਇਹ ਸਾਰਿਆਂ ਤੋਂ ਵਧੀਆ ਗੱਲ ਹੈ ਜੀ ਵਿਆਹ ਇਦਾਂ ਹੀ ਹੋਣੇ ਚਾਹੀਦੇ ਆ ਵੱਡੀ ਗੱਲ ਇਹ ਆ ਵੀ ਹੁਣ ਮਹਾਮਾਰੀ ਦਾ ਟਾਈਮ ਹੈ ਪਰ ਆਪਾਂ ਨੂੰ ਮਹਾਮਾਰੀ ਇਸ ਬਿਮਾਰੀ ਤੋਂ ਵੀ ਇੱਕ ਸਮਝ ਲਓ ਵੀ ਚੰਗੀ ਪ੍ਰਤੀ ਪੈ ਰਹੀ ਆ ਜਿਹੜੀ ਇਹ ਵਿਆਹ ਸ਼ਾਦੀਆਂ 'ਚ ਪੰਜ ਪੰਜ ਚਾਰ ਚਾਰ ਬੰਦੇ ਆਉਣਗੇ ਨੜੇ ਤੇ ਖਰਚਾ ਘੱਟ ਹੁੰਦਾ ਨਾਲੇ ਵਿਆਹ ਚ ਪੰਜ ਚਾਰ ਬੰਦਿਆਂ ਨਾਲ ਆਉਣ ਨਾਲ ਕੁੜੀ ਵਾਲਿਆਂ ਤੇ ਵੀ ਕੋਈ ਬਾਲਾ ਅਸਰ ਨਹੀਂ ਪੈਂਦਾ ਇਹਦੇ ਕਰਕੇ ਮੈਂ ਤਾਂ ਇਸ ਗੱਲ ਨਾਲ ਬਹੁਤ ਖੁਸ਼ ਤੇ ਬਹੁਤ ਸਹਿਮਤ ਹਾਂ ਵੀ ਇਹ ਵਿਆਹ ਜਿਹੜੇ ਸਾਦੇ ਤੇ ਘੱਟੋ ਘੱਟ ਲੋਕਾਂ ਦੇ ਨਾਲ ਕਿੰਨੇ ਬੰਦੇ ਲੈ ਕੇ ਬਰਾਤ ਆਕੀ ਸੀ ਅੱਜ ਜੀ ਪੰਜ ਬੰਦੇ ਸੀਗੇ ਜੀ ਸਾਰੇ ਤੇ ਸੁਨਮ ਨੇ ਬਹੁਤ ਵਧੀਆ ਹੋਇਆ ਵਿਆਹ ਜੀ ਬਹੁਤ ਸੋਹਣਾ ਹੋ ਗਿਆ ਜੀ ਬਹੁਤ ਸੋਹਣਾ ਮੈਂ ਬਹੁਤ ਖੁਸ਼ ਹਾਂ ਸਾਰੇ ਲੋਕ ਵੀ ਖੁਸ਼ ਹੈ ਅੱਗੇ ਉਹ ਪਰਾਂ ਦੇ ਸਹੁਰਾ ਪਰਿਵਾਰ ਵੀ ਖੁਸ਼ ਹੈ ਵੀ ਸਾਨੂੰ ਵੀ ਜ਼ਿਆਦਾ ਮਤਲਬ ਨਹੀਂ ਕਰਨਾ ਪਿਆ ਪੁਰਾਣੇ ਵਿਆਹਾਂ ਨੂੰ ਘਰ ਦੇ ਵਿੱਚ ਬੈਠ ਕੇ ਮੰੰਜਾਂ ਦੇ ਪੰਜ ਸੱਤ ਮੰਨਿਆਂ ਦੀ ਵਧੀਆ ਸੇਵਾ ਵੀ ਕੀਤੀ ਹੈ ਤੇ ਬਹੁਤ ਸੋਹਣਾ ਹੋ ਗਿਆ